ਸਰਕਾਰਾਂ ਦਾ ਮਕਸਦ ਕੀ ਹੈ? ਸਰਕਾਰਾਂ ਦਾ ਫਰਜ਼ ਹੁੰਦਾ ਹੈ ਲੋਕਾਂ ਨੂੰ ਸਹੂਲਤਾਂ ਦੇਣਾ, ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ, ਔਰ ਜਿਹੜਾ ਉਹਨਾਂ ਦਾ ਬੁਨਿਆਦੀ ਜਿਹੜਾ ਵਿਕਾਸ ਹੈ ਉਹ ਕਰਵਾ ਕੇ ਦੇਣਾ। ਤੁਸੀਂ ਦੱਸੋ ਤੁਸੀਂ ਕਦੋਂ ਨੂੰ ਮੱਟਾ ਪਾਉਂਦੇ ਹੋ ਕਿ ਕਦੇ ਤੁਸੀਂ ਸੋਚ ਸਕਦੇ ਸੀ ਕਿ ਸਾਡੇ ਭਿੱਖੀ ਪਿੰਡ ਦੇ ਵਿੱਚ ਵੀ ਇੱਥੇ ਨਿਕਾਸ ਹੋਊ, ਇੱਥੇ ਵਿਕਾਸ ਹੋਊ, ਇੱਥੇ ਸੋਹਣੀਆਂ ਗਲੀਆਂ ਬਣਨਗੀਆਂ, ਇੱਥੇ ਸੋਹਣੀਆਂ ਲਾਈਟਾਂ ਲੱਗਣਗੀਆਂ, ਚਾਰ ਫਿਰ ਸਾਡੇ ਵਿਕਾਸ ਦਾ ਨਜ਼ਾਰਾ ਹੋਊਗਾ? ਕਰੋੜਾਂ ਰੁਪਏ ਲੈ ਲਏ ਭਿੱਖੀ ਪਿੰਡ ਦਾ ਵਿਕਾਸ ਕਰਿਆ, ਔਰ ਜਿਹਨਾਂ ਲੋਕਾਂ ਨੂੰ ਇੱਥੋਂ ਕਾਂਗਰਸ ਸਰਕਾਰਾਂ ਲੱਗਦੀਆਂ ਨੇ, ਜੇ ਕਾਂਗਰਸ ਵਾਲਿਆਂ ਨੇ ਇੱਕ ਇੱਟ ਵੀ ਇੱਥੇ ਲਾਈ ਕਿਸੇ ਵੀ ਮਹੱਲੇ ਦਾ, ਕਿਸੇ ਵੀ ਗਲੀ ਦਾ ਵਿਕਾਸ ਕਰਾਇਆ ਤਾਂ ਬੇਸ਼ੱਕ ਭਾਵੇਂ ਸਾਰਾ ਭਿੱਖੀ ਪਿੰਡ ਵੱਡਾ ਪਾ, ਮੈਨੂੰ ਕੋਈ ਗੱਲ ਨਹੀਂ। ਜੇ ਇੱਕ ਵੀ ਨਹੀਂ ਲਾਈ, ਇੱਕ ਕੰਮ ਨਹੀਂ ਕੀਤਾ ਕਾਂਗਰਸ ਵਾਲਿਆਂ ਨੇ, ਫਿਰ ਵੋਟਾਂ ਕਹਿੰਦਾ ਕਿਉਂ ਮਿਲੇ? ਕੰਮ ਕੋਈ ਕੀਤਾ ਨਹੀਂ, ਸ਼ਹਿਰ ਦਾ ਮੰਦਾ ਹਾਲ ਰਿਹਾ ਹੈ, ਧਿਆਨ ਇੱਧਰ ਦਿੱਤਾ ਨਹੀਂ, ਅੱਜ ਕਹਿੰਦੇ ਸਰ ਵੋਟਾਂ ਪਾ ਦਿਓ ਅਸੀਂ ਕੰਮ ਕਰਾਂਗੇ, ਜਦੋਂ ਮੌਕਾ ਸੀ ਉਦੋਂ ਕਿਉਂ ਨਹੀਂ ਕੀਤਾ? ਉਦੋਂ ਕੀ ਹੋ ਗਿਆ ਸੀ? ਉਦੋਂ ਲੋਕਾਂ ਦੇ ਕੰਮ ਕਿਉਂ ਨਹੀਂ ਕੀਤੇ? ਕਿਉਂ ਨਹੀਂ ਲੋਕਾਂ ਦਾ ਵਿਕਾਸ ਕਰਾ ਕੇ ਰੱਖਿਆ? ਮੈਂ ਸਭ ਤੋਂ ਪਹਿਲਾਂ ਬਾਕੀ ਵੀ ਦੱਸੂੰਗਾ, ਸਭ ਤੋਂ ਪਹਿਲਾਂ ਮੈਂ ਇੱਕ ਆਧਾਰ ਤੇ ਕਿ ਜੇ ਤੇ ਲੋਕਾਂ ਦੀ ਤਸੱਲੀ ਹੈ, ਠੀਕ ਕਮੀਆਂ ਹੋਣਗੀਆਂ, ਕਮੀਆਂ ਰਹਿ ਵੀ ਜਾਂਦੀਆਂ ਨੇ, ਪਰ ਜੇ ਭਿੱਖੀ ਪਿੰਡ ਚ ਵਿਕਾਸ ਹੋਇਆ ਫਿਰ ਤਾਂ ਮੇਰਾ ਹੱਕ ਬਣਦਾ ਹੈ ਤੁਹਾਨੂੰ, ਤੁਹਾਡਾ ਤੁਹਾਨੂੰ ਮੈਨੂੰ ਵੋਟ ਪਾਉਣਾ, ਮੇਰਾ ਹੱਕ ਬਣਦਾ ਹੈ ਤੁਹਾਡੇ ਕੋਲੋਂ ਵੋਟ ਮੰਗਣਾ, ਚਾਹੇ ਤੁਸੀਂ ਮੇਰੇ ਪਿਆਰ ਕਰਦੇ ਜਾਂ ਅਕਾਲੀ ਦਲ ਨੂੰ ਪਿਆਰ ਕਰਦੇ ਜਾਂ ਬਾਦਲ ਸਾਹਿਬ ਨੂੰ ਪਿਆਰ ਕਰਦੇ, ਕੇਵਲ ਪਿਆਰ ਦਾ ਨਾਤਾ ਆਪਣੀ ਥਾਂ ਤੇ ਜਿਹੜਾ ਸਭ ਤੋਂ ਉੱਤੇ, ਪਰ ਜ਼ਿੰਮੇਵਾਰੀ ਵੀ ਨਿਭਾਇਆ। ਐਮਐਲਏ ਦਾ ਕੰਮ ਕੀ ਹੁੰਦਾ? ਐਮਐਲਏ ਦਾ ਕੰਮ ਇਹ ਨਹੀਂ ਕਿ ਵੋਟਾਂ ਨੇ ਗਏ, ਐਮਐਲਏ ਬਣ ਗਿਆ, ਚੰਡੀਗੜ੍ਹ ਚਲਾ ਗਿਆ, ਸਰਕਾਰੀ ਸਹੂਲਤਾਂ ਦਾ ਆਨੰਦ ਮਾਣੇ ਤੇ ਇਲਾਕੇ ਦਾ ਕਰੇ ਕੁਛ ਨਹੀਂ। ਸਰਦਾਰ ਗੁੱਚੇ ਸੋ ਦੋ ਵਾਰ ਐਮਐਲਏ ਬਣਿਆ, ਦੋ ਵਾਰ ਮੰਤਰੀ ਬਣਿਆ, ਮੈਨੂੰ ਇੱਕ ਕੰਮ ਗਿਣਾਉਂਦੇ ਜਿਹੜੇ ਮੈਂ 10 ਸਾਲਾਂ ਚ ਕੀਤਾ, ਇੱਕ ਮੈਂ ਸੈਂਕੜੇ ਗਿਣਾਉਣਾ। ਸਭ ਤੋਂ ਉੱਤੇ ਸਭ ਤੋਂ ਪਹਿਲਾਂ ਭਿੱਖੀ ਪਿੰਡ ਦਾ ਵਿਕਾਸ ਕਿਸਦਾ ਤੇ ਹੋਇਆ ਕਿ ਨਹੀਂ ਹੋਇਆ? ਡਾਕਟਰ ਸਾਹਿਬ ਤੁਸੀਂ ਬੋਲਦੇ ਰਹੋ ਟਿੱਕੇ ਲਾਉਂਦੇ ਜੀ, ਹੋਇਆ ਹੈ ਕੋਈ ਫਰਕ ਕੀ ਉਤਰ ਹੀ ਹੈ ਜੀ? ਤੁਸੀਂ ਇਹ ਦੱਸੋ ਇੱਥੇ, ਤੁਸੀਂ ਤਾਂ ਉਹਨਾਂ ਦੇ ਇਕੱਠਾ ਚ ਨਹੀਂ ਜਾਂਦੇ, ਕਾਂਗਰਸ ਵਾਲੇ ਕੋਲ ਪਤਾ ਕੀ ਕਹਿੰਦੇ? ਆਂਦੇ ਹੋਇਆ ਹੀ ਕੱਖ ਨਹੀਂ, ਤੇ ਜੇ ਹੁੰਦੇ ਆ ਸੁਣਦੇ ਆ ਸਭ ਕੁਛ ਹੋਏ ਦੇ ਬਾਵਜੂਦ ਝੂਠ ਬੋਲਦੇ ਆ, ਜਿਹੜੇ ਸੱਚ ਨਹੀਂ ਸਵੀਕਾਰ ਕਰਦੇ ਤੇ ਫਿਰ ਗੁਨਾਹ ਕੀ ਦਾ? ਸਰਦਾਰ ਗੁਰਚੇਸ਼ਵਰ ਮੈਂ ਸਵਾਲ ਕੀਤਾ ਸੀ, ਮੈਂ ਕਿਹਾ ਸਰਦਾਰ ਗੁਰਚੇਸ਼ਵਰ ਜੀ ਕੋਈ ਕੰਮ ਤੇ ਗੜਾਓ, ਕੰਮ ਕੀ ਹੁੰਦਾ ਸੀ? ਸਰਦਾਰ ਗੁਰਚੇਸ਼ਵਰ ਐਮਐਲਏ ਬਣਿਆ, ਮੰਤਰੀ ਬਣਿਆ, ਇੱਕ ਕੰਮ ਜ਼ਰੂਰ ਹੁੰਦਾ ਸੀ ਭਿੱਖੀ ਪਿੰਡ ਚ, ਜੇ ਕਿਤੇ ਨੇ ਅੰਮ੍ਰਿਤਸਰ ਆਉਣਾ ਹੁੰਦਾ ਸੀ ਜਾਂ ਅੰਮ੍ਰਿਤਸਰ ਨੂੰ ਜਾਣਾ ਹੁੰਦਾ ਸੀ, ਜਿਹੜੇ ਭਿੱਖੀ ਪਿੰਡ ਦੇ ਰੇਹੜੀਆਂ ਵਾਲੇ ਉਹਨਾਂ ਦੀ ਸ਼ਾਮ ਨੂੰ ਜ਼ਰੂਰ ਆਉਂਦੀ ਸੀ।
ਪੁਲਿਸ ਨੂੰ ਹਦਾਇਤ ਹੁੰਦੀ ਸੀ ਕਿ ਮੰਤਰੀ ਸਾਹਿਬ ਨੇ ਲੰਘਣਾ ਹੈ ਤੇ ਰਸਤਾ ਬਲੌਕ ਨਹੀਂ ਹੋਣਾ ਚਾਹੀਦਾ। ਉਹ ਵੀ ਐਮ ਐਲ ਏ ਸੀ, ਮੈਂ ਵੀ ਐਮ ਐਲ ਏ। ਮੈਂ ਪੁਲਿਸ ਵਾਲਿਆਂ ਨੂੰ ਕਿਹਾ ਹੈ ਕਿ ਮੇਰੇ ਕਰਕੇ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ, ਕਿਸੇ ਰੇੜੇ ਵਾਲੇ ਨੂੰ ਪਰੇਸ਼ਾਨ ਨਹੀਂ ਕਰਨਾ, ਕਿਸੇ ਇਲਾਕੇ ਦੇ ਲੋਕ ਨੂੰ ਪਰੇਸ਼ਾਨ ਨਹੀਂ ਕਰਨਾ। ਜਿੱਥੇ ਲੋਕ ਫਸੇ ਹੁੰਦੇ ਡੇਰਾ ਮੈਂ ਉੱਥੇ ਆਪਣੇ ਫਸਿਆ ਲਿਆ। ਇਹ ਫਰਕ, ਇਹ ਸੋਚ ਦਾ ਫਰਕ ਹੈ। ਇਹ ਲੋਕ ਜਦੋਂ ਐਮ ਐਲ ਏ ਬਣ ਜਾਂਦੇ ਨੇ, ਮੰਤਰੀ ਬਣ ਜਾਂਦੇ ਨੇ, ਫਿਰ ਪਤਾ ਕੀ ਬਣ ਜਾਂਦੇ ਨੇ, ਖੁਦਾ ਬਣ ਜਾਂਦੇ ਨੇ। ਤੇ ਮੈਂ ਭਾਈ ਤੁਹਾਡੇ ਵਿੱਚ ਰਹਿ ਕੇ ਤੁਹਾਡੀ ਸੇਵਾ ਕੀਤੀ, ਅੱਠੇ ਪੈਰ ਤੁਹਾਡੇ ਵਿੱਚ ਵਿਚਰੇ, ਭਿੱਖੀਵਿੰਡ ਦੇ ਵਿਕਾਸ ਵਾਸਤੇ ਯਤਨ ਕੀਤੇ ਨੇ, ਅਜੇ ਹੋਰ ਬੜੀਆਂ ਪਲੈਨਾਂ ਨੇ, ਹੋਰ ਬੜੇ ਯੋਜਨਾਵਾਂ ਬਣਾਈਆਂ ਨੇ ਕਿ ਭਿੱਖੀਵਿੰਡ ਨੂੰ ਬਹੁਤ ਸੁੰਦਰ ਬਣਾਉਣਾ। ਕਦੇ ਸੋਚ ਸਕਦੇ ਸੀ ਕਿ ਭਿੱਖੀਵਿੰਡ ਦਾ ਵੀ ਅੱਡਾ ਬਣਾ ਹੋਇਆ? ਤੁਹਾਡੇ ਸਾਹਮਣੇ ਨਾ ਅੱਡਾ ਬਣ ਚੱਲਿਆ ਨਾ। ਹੁਣ ਆਪਣੀ ਭਿੱਖੀਵਿੰਡ ਸਬ ਤਹਿਸੀਲ ਸੀ, ਸਬ ਡਿਵੀਜ਼ਨ ਬਣਾਤਾ। ਹੁਣ ਪੱਟੀ ਜਾਣ ਦੀ ਲੋੜ ਨਹੀਂ ਪਿਆ ਕਰਦਾ। ਐਸ ਡੀ ਐਮ ਦੇ ਜੱਜ ਇੱਥੇ ਬੈਠਿਆ ਕਰਦਾ, ਤਹਿਸੀਲਦਾਰ ਇੱਥੇ ਬੈਠੋ, ਇੱਥੇ ਲੋਕਾਂ ਨੂੰ ਰੁਜ਼ਗਾਰ ਵੱਧ ਮਿਲੂਗਾ, ਇੱਥੇ ਕੰਮ ਕਾਜ ਹੋਊਗਾ, ਸਬ ਡਿਵੀਜ਼ਨ ਬਣ ਜਾਣਾ। ਉਹ ਵੀ ਕੀਤਾ। ਆ ਤੁਸੀਂ ਦੱਸੋ, ਕਦੇ ਸੋਚ ਸਕਦੇ ਸੀਗੇ ਕਿ ਪੰਜਾਬ ਚ ਬਿਜਲੀ ਜਿਹੜੀ ਹੈ, ਜਿਹਦੀ ਘਾਟ ਆ, ਉਹ ਬਿਜਲੀ ਵਾਧੂ ਹੋ ਜੂ? ਆਪਾਂ ਭੁੱਲ ਜਾਂਦੇ, ਕੱਟ ਲੱਗਦੇ ਸੀ ਵੱਡੇ ਵੱਡੇ, ਹੁਣ ਤਾਂ ਕਦੀ ਗਰਮੀਆਂ ਚ ਕੱਟ ਨਹੀਂ ਲੱਗਦਾ। ਇਹਨੂੰ ਸਰਕਾਰ ਕਰਦੀ, ਜਿਹੜੀ ਲੋਕਾਂ ਦੀਆਂ ਲੋੜਾਂ ਪੂਰੀਆਂ ਕਰੇ, ਜਿਹੜੇ ਲੋਕਾਂ ਦੀ ਜਿਹੜੀ ਘਾਟ ਹੈ ਉਹਨੂੰ ਯਾਦ ਰੱਖੇ। ਇਸ ਕਰਕੇ ਭਾਈ ਮੇਰੀ ਤੇ ਹੱਥ ਭਰ ਕੇ ਬੇਨਤੀ ਸਾਰਿਆਂ, ਆ ਸਹੂਲਤਾਂ ਮਿਲਦੀਆਂ ਨੇ ਭਿੱਖੀਵਿੰਡ ਦੇ ਵਿੱਚ, ਕਣਕ ਜਿਹੜੀ ਹੈ ਲੋੜਵੰਦਾਂ ਵਾਸਤੇ। ਕੋਈ ਲੋੜਵੰਦ ਪਰਿਵਾਰ, ਗਰੀਬ ਪਰਿਵਾਰ ਨਹੀਂ ਕਹਿ ਸਕਦਾ ਕਿ ਉਹਨੂੰ ਕਣਕ ਨਹੀਂ ਮਿਲਦੀ। ਸ਼ਗਨ ਸਕੀਮ ਮਿਲਦੀ ਹੈ, ਹੋਰ ਸਕੀਮਾਂ ਮਿਲਦੀਆਂ ਨੇ, ਔਰ ਪੈਨਸ਼ਨ ਆ ਜਿਹੜੀ ਇਹਦੇ ਵਿੱਚ 500 ਹੈ। ਬੈਂਕਾਂ ਦੇ ਵਿੱਚ ਨੋਟਬੰਦੀ ਕਰਕੇ ਪੈਨਸ਼ਨ ਨਹੀਂ ਨਿਕਲੀਆਂ, ਉਹ ਜਮ੍ਹਾਂ ਦੇ ਸਾਰਿਆਂ ਨੂੰ ਮਿਲ ਜਾਏਗਾ। ਪਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਤੀਜੀ ਵਾਰ ਜਦੋਂ ਨਵੀਂ ਸਰਕਾਰ ਬਣਦੀ ਹੈ ਅਕਾਲੀ ਦਲ ਦੀ, ਅਸੀਂ 500 ਤੋਂ ਵਧਾ ਕੇ ਸਿੱਧੀ 2000 ਪੈਨਸ਼ਨ ਕਰਾਂਗੇ। 2000 ਪੈਨਸ਼ਨ ਕਹਿ ਦਿੱਤੀ ਹੈ, ਇਹ ਉਸ ਮਨੁੱਖ ਨੇ ਕਹੀ ਹੈ ਜਿਹਨੇ ਜੋ ਕਿਹਾ ਹੈ ਕਰਕੇ ਵਿਖਾਇਆ। ਇਹ ਨਹੀਂ ਕਿ ਕੈਪਟਨ ਸਾਹਿਬ ਆਪਣੇ ਵੋਟਾਂ ਲੈਣ ਵਾਲੇ ਗੱਲਾਂ ਹੋਰ, ਤੇ ਜਦੋਂ ਸਰਕਾਰ ਬਣ ਜਾਏ ਤੇ ਗੱਲਾਂ ਹੋਰ। ਇਹ ਕੈਪਟਨ ਸਾਹਿਬ ਅੱਜ ਫਿਰ ਗੱਲਾਂ ਕਰਦੇ ਨੇ ਵੱਡੀਆਂ ਵੱਡੀਆਂ, ਪਰ ਜਦੋਂ 2002 'ਚ ਸਰਕਾਰ ਬਣੀ ਸੀ ਉਦੋਂ ਜਿੰਨੀਆਂ ਬਾਦਲ ਸਾਹਿਬ ਨੇ ਸਹੂਲਤਾਂ ਦਿੱਤੀਆਂ ਸੀ, ਸ਼ਗਨ ਸਕੀਮ ਬੰਦ ਕਰਤੀ, ਬੰਦੀਆਂ ਦੇ ਬਿਰ ਜਿਹੜੇ ਫਿਰ ਦੁਬਾਰਾ ਲਾ ਕੇ 4.5 ਸਾਲ ਡੰਡੇ ਨਾਲ ਉਗਾਏ, ਹਰ ਵਰਗ ਸਹੂਲਤਾਂ ਦਿੱਤੀਆਂ ਨੇ। ਹੁਣ ਜਿਹੜਾ ਬੀਸੀ ਵਰਗ ਹੈ, 200 ਯੂਨਿਟ ਬਿਜਲੀ ਦੇ ਉਹਨਾਂ ਦੇ ਮਾਫ਼ ਕਰਦੇ, ਕਣਕ ਵਾਲੀ ਸਕੀਮ 'ਚ ਉਹਨਾਂ ਨੂੰ ਲੈ ਜਾਂਦਾ, ਸ਼ਗਨ ਵਾਲੀ ਸਕੀਮ 'ਚ ਉਹਨਾਂ ਨੂੰ ਲੈ ਜਾਂਦਾ। ਪਰ ਹੁਣ ਤਾਂ ਬਾਦਲ ਸਾਹਿਬ ਨੇ ਹੋਰ ਐਲਾਨ ਕਰਤਾ ਕਿ ਹੁਣ ਕਣਕ ਦੇ ਨਾਲ ਨਾਲ ਖੰਡ ਤੇ ਘਿਓ ਵੀ ਦਿੱਤਾ ਜਾਏਗਾ। ₹40 ਕਿਲੋ ਖੰਡ ਦਾ ਰੇਟ ਹੈ, ਕਿਲੋ ਦਾ 10 ਰੁਪਏ ਕਿਲੋ ਮਿਲਿਆ ਗਿਆ, 100 ਰੁਪਏ ਕਿਲੋ ਰੇਟ ਹੈ ਘਿਓ ਦਾ, 25 ਰੁਪਏ ਕਿਲੋ ਮਿਲਿਆ ਗਿਆ। ਇਹ ਸਹੂਲਤਾਂ ਨੇ। ਇਸ ਤੋਂ ਇਲਾਵਾ ਹੋਰ ਅੱਜ ਮੈਨੀਫੈਸਟੋ ਜਾਰੀ ਕੀਤਾ ਹੈ, ਜੋ ਕਿਹਾ ਹੈ ਉੱਤੇ ਪਹਿਰਾ ਦਿੱਤਾ, ਤੇ ਜੋ ਅੱਜ ਕਿਹਾ ਹੈ ਉਹ ਕਰਕੇ ਵਿਖਾਇਆ ਜਾਏ। ਦੂਜੇ ਬੰਦੇ ਕਾਂਗਰਸ ਵਾਲੇ ਇਹ 5 ਸਾਲ ਪਹਿਲੇ ਰੌਲਾ ਪਾਉਂਦੇ ਸੀ, ਜਿਹੜੇ 2012 ਦੀ ਚੋਣ ਹੋਈ ਸੀ ਉਦੋਂ ਬੜਾ ਰੌਲਾ ਪਿਆ, ਸੋਸ਼ਲ ਬੜੇ ਚੜ੍ਹ ਕਰਦੇ, ਪਤਾ ਨਹੀਂ ਕਿੱਥੇ ਸ਼ਾਸ਼ਾ ਰਾਜਦਾਰੀ ਦੇ ਜਿੱਤੇ ਪਏ ਆ ਜੀ, ਅਕਾਲੀ ਲੱਭਦੇ ਨੇ ਜੀ, ਅਕਾਲੀ ਖਤਮ ਹੋ ਗਏ ਜੀ। 5 ਸਾਲ ਪਹਿਲੇ ਵੀ ਇਹਨਾਂ ਨੇ ਤਮਾਸ਼ੇ ਕੀਤੇ ਸੀ ਤੇ ਬੁਰੀ ਤਰ੍ਹਾਂ ਹਾਰੇ ਸੀ। 2007 'ਚ 11.5 ਹਜ਼ਾਰ ਦੀ ਲੀਡ ਸੀ ਤੇ 2012 'ਚ 13.5 ਹਜ਼ਾਰ ਦੀ ਲੀਡ ਆਈ, ਤੇ ਮੈਂ ਦਾਅਵੇ ਨਾਲ ਕਹਿੰਦਾ ਕਿ ਕੀਤੇ ਹੋਏ ਕੰਮਾਂ ਸਦਕਾ, ਦਿੱਤੇ ਹੋਏ ਪਿਆਰ ਸਦਕਾ, ਪਾਈ ਹੋਈ ਸਾਹ ਸਦਕਾ, ਜਿਹੜਾ 11 ਮਾਰਚ ਨੂੰ ਰਿਜ਼ਲਟ ਆਉਣਾ ਉਹ 2012 ਤੋਂ ਵੱਧ ਲੀਡ ਹੋ ਗਈ।
ਬੋਲੇ ਸੋਨਾ ਸਤ ਸ੍ਰੀ ਅਕਾਲ। ਔਰ ਜਿਹਨੂੰ ਟਿਕਟ ਮਿਲੀ ਹੈ ਅਸਰਪਾਲ ਸਰਪਾਲ ਭੁੱਲਰ ਜੀ ਨੂੰ ਕਹਿੰਦੇ ਆ, ਕਈ ਤੇ ਹੋਰ ਕਈ ਕੁਛ ਕਹਿੰਦੇ ਆ। ਸੁਖਪਾਲ ਸਿੰਘ ਭੁੱਲਰ ਸ਼ਾਇਦ ਤੁਹਾਨੂੰ ਪਤਾ ਹੀ ਹੋਣਾ, ਚੰਡੀਗੜ੍ਹ ਰਹਿੰਦੇ, ਇਹਦੀ ਕੋਠੀ ਚੰਡੀਗੜ੍ਹ, ਇਹਦੇ ਬੱਚੇ ਚੰਡੀਗੜ੍ਹ, ਇਹਦੀ ਰਿਹਾਇਸ਼ ਚੰਡੀਗੜ੍ਹ। ਚੰਡੀਗੜ੍ਹ ਦਾ ਵਸਨੀਕ ਹੈ ਜਿਹੜਾ ਚੰਡੀਗੜ੍ਹ ਰਹਿੰਦਾ, ਉਹ ਲੋਕਾਂ ਦੇ ਕਿਸਮਤ। ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਆਪਣੇ ਪਰਿਵਾਰ ਨਾਲ ਧੋਖਾ ਕਰ ਸਕਦਾ, ਆਪਣੇ ਪਿਓ ਨਾਲ ਧੋਖਾ ਕਰ ਸਕਦਾ, ਕੀ ਲੋਕਾਂ ਦਾ ਬਣੋ। ਸਰਦਾਰ ਬੱਚੇ ਇਸ ਵਾਰ ਟਿਕਟ ਮੰਗਦਾ ਸੀ ਇੱਥੋਂ ਕਾਂਗਰਸ ਦੀ, ਉਹ ਸਮਝਦਾ ਸੀ ਕਿ ਮੇਰਾ ਹੱਕ ਹੈ, ਮੇਰਾ ਮੇਰੇ ਜਾਣੀ ਹੈ, ਪਰ ਮੁੰਡਾ ਖੋ ਕੇ ਲੈ ਗਿਆ। ਗੁਰਚੇਸ਼ਵਰ ਤਰਲੇ ਵਾਲੇ ਆਪਣੇ ਮੁੰਡੇ ਦੇ ਕਿ ਇਹ ਤਰ੍ਹਾਂ ਨਾ ਕਰ, ਇਹਨਾਂ ਪਾਪ ਮਹਾਤਮਾ ਇਹਨਾਂ ਕਹਿਰ ਨਾ ਕਰ, ਮੁੰਡੇ ਨੇ ਇੱਕ ਨਹੀਂ ਸੁਣੀ ਵਾਸਤੇ ਭਾਈ ਬੱਚੇ ਸੁਣੇ, ਮੁੰਡੇ ਨੇ ਠੋਕ ਕੇ ਜਵਾਬ ਦਿੱਤਾ, ਟਿਕਟ ਲੈ ਲਿਆ। ਗੁਰਚੇਸ਼ਵਰ ਨੇ ਬਿਆਨ ਦਿੱਤਾ, ਉਦੋਂ ਪੰਜ ਸੱਤ ਦਿਨ ਬਾਅਦ ਲੜਾਈ ਪੈ ਰਹੀ ਸੀ, ਹਫ਼ਤਾ ਇੱਕ। ਗੁਰਚੇਸ਼ਵਰ ਨੇ ਬਿਆਨ ਦਿੱਤਾ ਕਿ ਮੇਰੇ ਲੜਕੇ ਸੁਖਪਾਲ ਭੁੱਲਰ ਨੇ ਮੇਰੇ ਨਾਲ ਤੇ ਮੇਰੇ ਪਰਿਵਾਰ ਨਾਲ ਧੋਖਾ ਕੀਤਾ। ਬਿਆਨ ਛਪਿਆ ਅਖਬਾਰਾਂ 'ਚ, ਸੋਸ਼ਲ ਮੀਡੀਆ 'ਚ ਹੈ। ਤੇ ਮੈਂ ਗੁਰਚੇਸ਼ਵਰ ਪੁੱਛਣਾ ਚਾਹੁੰਦਾ ਕਿ ਜੇ ਉਸੇ ਲੜਕੇ ਨੇ ਤੇਰੇ ਨਾਲ ਧੋਖਾ ਕੀਤਾ ਤਾਂ ਕੀ ਲੋਕਾਂ ਨਾਲ ਧੋਖਾ ਨਹੀਂ? ਜਿਹੜਾ ਬੰਦਾ ਆਪਣੇ ਪਿਓ ਨਾਲ ਧੋਖਾ ਕਰ ਸਕਦਾ, ਕੀ ਲੋਕਾਂ ਨਾਲ ਧੋਖਾ ਨਹੀਂ ਕਰੂਗਾ? ਇਹ ਲੋਕ ਕਿਉਂ ਰਾਜਨੀਤੀ ਕਰਨ ਵਾਸਤੇ ਆਏ ਨੇ? ਵੱਡੇ ਜਾਇਦਾਦ ਨੇ, ਵੱਡੇ ਸਰਦਾਰ ਨੇ, ਸ਼ਾਇਦ ਤੁਹਾਨੂੰ ਵੀ ਪਤਾ ਹੋਣਾ ਕਿ ਜਿਹੜਾ ਮੇਰੇ ਬਰਾਬਰ ਇਲੈਕਸ਼ਨ ਲੜ ਰਿਹਾ ਹੈ, ਇਹਦੇ 'ਚ ਆਕੜ ਕਿੰਨੀ, ਇਹਦਾ ਸੁਭਾਅ ਕਿੱਦਾਂ ਦਾ? ਆ ਕਾਂਗਰਸੀ ਹੁਣ ਤਾਂ ਕਹੀ ਜਾਂਦੇ ਆ ਬੜਾ ਵਧੀਆ, ਕਿਤੇ ਸੌ ਖਾ ਕੇ ਪੁੱਛਿਆ ਜਾਂਦਾ, ਕਿਸੇ ਕਾਂਗਰਸ ਨੂੰ ਪੁੱਛਿਆ ਸੌ ਖਾ ਕੇ ਕਿ ਕਿਤਰਾ ਦਾ ਬੰਦਾ ਹੈ? ਅੱਤ ਦਾ ਹੰਕਾਰੀ, ਅੱਤ ਦੀ ਆਕੜ ਤੇ ਅੱਤ ਦੀ ਬੋਲ ਮਾਰੀ ਮਾਰੀ ਮੇਰੇ ਵਿਰੁੱਧ ਇਲੈਕਸ਼ਨ ਦਾ ਨਹੀਂ ਲੜ, ਤੇ ਮੈਨੂੰ ਕਿੱਧਰ ਧੋਖੇ ਦੇ ਰਹੇ? ਮਰਿਆਦਾ ਹੁੰਦੀ ਇੱਕ ਰਾਜਨੀਤੀ ਦੀ, ਰਾਜਨੀਤਿਕ ਮਰਿਆਦਾ ਵਿੱਚ ਰਹਿ ਕੇ ਆਪਦੇ ਇਲੈਕਸ਼ਨ ਲੜੋ। ਤੇ ਜੇ ਮੇਰੇ ਬਾਰੇ ਕੋਈ ਜਾਣਦਾ ਨਹੀਂ ਮੈਂ ਕੌਣ ਹੈ, ਤੇ ਫਿਰ ਤਾਂ ਬੜੇ ਵੱਡੇ ਭੁਲੇਖੇ 'ਚ। ਤੇਰੇ ਪਿਓ ਨੂੰ ਦੋ ਵਾਰ ਹਰਾਇਆ ਔਰ ਬੁਰੀ ਤਰ੍ਹਾਂ ਹਰਾਇਆ, ਲੈ ਹੁਣ ਤੀਜੀ ਤੇਰੀ ਵਾਰੀ ਹੈ, ਹੁਣ ਤੈਨੂੰ ਮੈਂ ਹਰਾਉਂਗਾ ਤੇ ਸਾਰੇ ਟੱਬਰ ਨੂੰ ਮਹਿਮੂਦ ਪੁੱਤ ਤੇ ਖੇਮ ਤੇ ਹੜਕੇ ਚ ਭਜਾਉਂਦਾ। ਬੋਲੇ ਸੋਨਿਆ ਸਤਿ ਸ੍ਰੀ ਅਕਾਲ। ਪੂਰ ਚੰਦ ਗੱਲ ਕਰਕੇ ਤੇ ਇਹਨੇ ਸਾਰਾ ਜਿਹੜਾ ਗੱਲ ਕਰ ਲਿਆ ਆਪਦਾ। ਬੇਨਤੀ ਹੈ 500 ਰੁਪਏ ਦੀ ਪੁਰਾਣੀ ਗੱਲ ਕਰਕੇ ਇਹਨਾਂ ਭੁੱਲਰਾਂ ਨੇ ਕੱਲ ਦੇ ਪਿੰਡ ਕੋਠੀ ਮਰੀ ਸ਼ੁਰੂ ਕੀਤੀ ਹੈ। ਮੇਰਾ ਦਸ ਗਿਆਰਾਂ ਸਾਲ ਹੋ ਗਏ ਉਹਨੂੰ ਕੋਠੀ ਸ਼ੁਰੂ ਕੀਤੀ, ਕੋਠੀ ਬੜੀ ਬੜੀ ਤੇ 5 ਸਾਲ ਪੁਰਾਣੀ ਗੱਲ ਹੈ। ਪਿਛਲੀ ਚੋਣ ਦੀ ਮੈਂ ਇੱਧਰ 4-5 ਜਣੇ ਅਸੀਂ ਬੈਠੇ ਤੇ ਮੈਂ ਗੱਲ ਕੀਤੀ, ਮੈਂ ਯਾਰ ਕੋਠੀ ਬੜੀ ਬੜੀ ਸ਼ੁਰੂ ਕੀਤੀ ਆ ਪਰ 5-6 ਸਾਲ ਹੋ ਗਏ ਆ, ਪੂਰੀ ਨਹੀਂ ਹੋਣੀ। ਚਲੋ 5-6 ਸਾਲ ਹੋਰ ਲੰਘੇ, 5 ਹੋਰ ਲੰਘੇ, 11-12 ਸਾਲ ਹੋ ਗਏ ਕੋਠੀ ਬਣ ਗਈ। ਮੈਂ ਮੂਲਪੁਰੇ ਪਿੰਡ ਤੇ ਸਾਡੇ ਚ ਇੱਕ ਬੰਦਾ ਬੈਠਾ ਸੀ, ਰੱਬ ਦੀ ਰੂਹ ਸੀ, ਬੜਾ ਧਰਮੀ ਜਿਹਾ ਬੰਦਾ ਸੀ, ਅੱਜ ਹੈ ਨਹੀਂ ਮਿਲਿਆ। ਉਹ ਮੈਨੂੰ ਕਹਿੰਦਾ ਸਰਦਾਰ ਵਿਰਸਾ ਹੈ, ਫਿਕਰ ਨਾ ਕਰ, ਇਸ ਕੋਠੀ ਚ ਕਬੂਤਰ ਬੋਲਣੇ। ਵੇਖੀ ਮੂਲਪੁਰੇ ਕੋਠੀ ਬਣ ਗਈ, ਅੱਜ ਤੋਂ 5 ਸਾਲ ਪੁਰਾਣੀ ਗੱਲ ਹੈ ਤੇ 5 ਸਾਲਾਂ 'ਚ ਤਾਂ ਸੈਕਟਰੀਟ ਬਣ ਗਿਆ। ਇਹਨਾਂ ਦੇ 12 ਸਾਲਾਂ ਦੀ ਕੋਠੀ ਨਹੀਂ ਦੇ ਪਏ ਚੜੀ ਤੇ ਮੈਨੂੰ ਉਸ ਧਰਮੀ ਬੰਦੇ ਦੀ ਗੱਲ ਸੱਚ ਜਾਂਦੀ ਕਿ ਇਸ ਕੋਠੀ 'ਚ ਵਾਕਿਆ ਕਬੂਤਰ ਬੋਲਣੇ। ਕਿਉਂਕਿ 11 ਮਾਰਚ ਤੋਂ ਬਾਅਦ ਸੁਖਪਾਲ ਭੁੱਲਰ ਤੇ ਕੀ ਲੱਭਣਾ, ਅੱਗੇ ਚੰਡੀਗੜ੍ਹ ਰਹਿੰਦਾ ਹੈ, ਮਾੜਾ ਮੋਟਾ ਸਾਹਿਬ ਗੁਰਚੇਸ਼ਵਰ ਇੱਥੇ ਫਿਰਦਾ ਹੈ, ਮੇਰਾ ਉਹਨੇ ਚਿੰਨ ਫੜੀ ਫੜ ਕੇ ਭੱਜੋ, ਉਹ ਵੀ ਭਜਾਵਾਂਗੇ। ਭਜਾਉਣਾ ਤੁਸਾਂ, ਤੁਹਾਡੇ ਤੇ ਮਾਣ ਹੈ, ਤੁਹਾਡੀ ਸ਼ਕਤੀ ਤੇ ਮਾਣ ਹੈ, ਸੋ ਤਗੜੇ ਹੋ ਗਏ, ਵੋਟਾਂ ਪਾਓ ਵੀ ਤੇ ਪਵਾਓ ਵੀ। ਆ
ਜੋ ਨਜ਼ਾਰੇ ਬੱਝੇ ਨੇ, ਜੋ ਸਹੂਲਤਾਂ ਮਿਲਦੀਆਂ ਨੇ, ਤੇ ਮੈਂ ਬੇਨਤੀ ਕਰੂੰਗਾ ਓਨਾ ਚਿਰ ਜੇ ਜਿੰਨਾ ਚਿਰ ਬਾਦਲ ਸਾਹਿਬ ਦਾ ਰਾਜ। ਇਹ ਕੇਵਲ ਤੇ ਕੇਵਲ ਬਾਦਲ ਸਾਹਿਬ ਹੀ ਸਭ ਕੁਛ ਕਰ ਸਕਦੇ, ਵਰਨਾ ਨਾ ਕਿਸੇ ਨੇ ਕੁਛ ਕੀਤਾ ਹੈ, ਨਾ ਕਿਸੇ ਨੇ ਕਰਨਾ ਹੈ। ਸੋ ਮੈਂ ਇੰਨੀਆਂ ਬੇਨਤੀ ਕਰਦਾ ਹੋਇਆ ਭਿੱਖੀਵਿੰਡ ਦੀ ਸਮੁੱਚੀ ਟੀਮ ਦਾ, ਪ੍ਰਧਾਨ ਸਾਹਿਬ ਦਾ, ਐਮ ਸੀ ਸਾਹਿਬਾਨ ਦਾ, ਸਾਡੇ ਸੀਨੀਅਰ ਮੀਤ ਪ੍ਰਧਾਨ ਸਾਹਿਬ ਦਾ, ਵਾਈਸ ਪ੍ਰਧਾਨ ਸਾਹਿਬ ਦਾ, ਸਰਪੰਚ ਸਾਹਿਬਾਨ ਨਾਲ, ਖਾਸ ਕਰਕੇ ਸਾਡੇ ਐਮ ਸੀ ਲਾਂਡਾ ਜੀ ਦਾ ਤਹਿ ਦਿਲ ਤੋਂ ਧੰਨਵਾਦੀ, ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਾਏ ਨੇ। ਅਤੇ ਮੇਰੀ ਇੰਨੀ ਬੇਨਤੀ ਹੈ ਕਿ ਕਾਂਗਰਸੀ ਨੂੰ ਇੱਕ ਸਵਾਲ ਜ਼ਰੂਰ ਕਰੇ, ਕੋਈ ਇੱਕ ਚੀਜ਼ ਤੇ ਗਣਾਓ ਜਿਹਦੇ ਆਧਾਰ ਤੇ ਤੁਸੀਂ ਟਿਕਟ ਮੰਗਣਾ, ਕੋਈ ਇੱਕ ਕੰਮ ਤੇ ਗਣਾਓ ਜਿਸ ਆਧਾਰ ਤੇ ਵੋਟ ਮੰਗਦੇ। ਜੇ ਕੁਝ ਕੀਤਾ, ਜੇ ਕੁਛ ਬੜਾ ਲੰਬਾ ਸਮਾਂ ਤੁਸੀਂ ਸਰਕਾਰਾਂ ਹਟਾਈਆਂ ਨੇ, ਜੇ ਅੱਗੇ ਕੁਛ ਨਹੀਂ ਕੀਤਾ ਤੇ ਹੁਣ ਤੁਹਾਡੇ ਤੇ ਵਿਸ਼ਵਾਸ ਕਿਵੇਂ ਕਰੇਗਾ। ਤੇ ਮੈਂ ਬੇਨਤੀ ਕਰੂੰ, ਜੇ ਵਿਕਾਸ ਚਾਹੁੰਦੇ, ਜੇ ਸਹੂਲਤਾਂ ਚਾਹੁੰਦੇ, ਜੇ ਇਲਾਕੇ ਚ ਚੰਗੀ ਡਿਵੈਲਪਮੈਂਟ ਚਾਹੁੰਦੇ, ਤੇ ਡਟ ਕੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਸਾਹਿਬ ਦਾ ਸਾਥ ਦਈਏ। ਤੇ 4 ਤਰੀਕ ਨੂੰ ਆਪਣੀਆਂ ਨੇ, ਸਾਥੀਆਂ ਦੀਆਂ ਵੀ, ਲਾਗੇ ਬੰਨੇ ਵਾਲੇ ਦੀਆਂ ਵੀ ਵੋਟਾਂ ਜਿਹੜੀਆਂ ਪਾਈ ਜਾਣੀਆਂ। ਬੇਨਤੀ ਕਰਦਾ ਕਿ ਉਹਨਾਂ ਦਾ ਜਾਂਚ ਕਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸਰਦਾਰ ਵਿਰਸਾ ਉੱਠੋ, ਜਿੰਦਾਬਾਦ, ਸਰਦਾਰ ਵਿਰਸਾ ਉੱਠੋ, ਜਿੰਦਾਬਾਦ।